ਜਾਓ ਬਾਹਰ ਆ ਜਾਓ ਸਾਲਿਓ ਪੈਂਟਾਂ ਲਾਈਆਂ ਤੁਸੀਂ ਇਧਰ ਓ ਹਾਈ ਵੈਰੀ ਗੁੱਡ ਨਾਈਸ ਐਕਚੁਅਲੀ ਮੈਂ ਯਹਾਂ ਪੇ ਕਮਰਾ ਲੈਣੇ ਆਇਆ ਹਾਂ ਅਗਲੇ ਚੌਂਕ ਚ ਲਾ ਜਾਓ ਅਗਲੇ ਚੌਂਕ ਚ ਲਾ ਜਾਓ ਅਗਲਾ ਖਰਚਾ ਕਰੇ ਤੁਸੀਂ ਕੋ ਕਰੋ ਫੈਸਲਾ ਬਾਦ ਚੱਲਦਾ ਨੀ 40,000 ਰੁਪਇਆ ਬਾਅਦ 15,000 ਰੁਪਇਆ ਚੱਲਦਾ ਪੰਦਰਾਂ ਵੀ ਉਹ ਆ ਕੇ ਅਗਲੀਆਂ ਲੀਲੜੀਆਂ ਲੈ ਲੈਂਦੀਆਂ ਕਿ ਸਾਨੂੰ 12 ਹੀ ਨਹੀਂ ਖਾਂਦਾ ਮੈਂ ਦੇਈਦਾ ਉਹ ਵੀ ਯਕਦਮ ਨਹੀਂ ਦੇਈਦਾ ਪੈਸੇ ਐਸੇ ਨਾ ਕਰੇ ਨਾ ਯਹਾਂ ਪੇ ਇਤਨਾ ਬੜਾ ਪੋਸ਼ ਰੂਮ ਔਰ ਇਤਨੀ ਬੜੀ ਜਕੂਜ਼ੀ ਹੈ ਮੈਂ ਮਰ ਗਿਆ ਇਹ ਕਮਰਾ ਮੈਂ ਲੈ ਲਾਂਗਾ ਵੀ ਕੱਲ ਕਿ ਪੈਸੇ ਥੋੜੇ ਜਿਹਾ ਘਟਾਓ 40,000 ਰੁਪਇਆ ਜ਼ਿਆਦਾ ਹੈ ਸਰ ਸਰ ਤੁਸੀਂ ਸਾਡੇ ਲਾਓ ਤੁਹਾਡੇ ਕੀ ਹੈ 10 ਰੁਪਏ ਕਮਰੇ ਦਾ ਕਿਰਾਇਆ ਸਰ ਇੱਧਰ ਗਰਮ ਹੋ ਕੇ ਫੇਰ ਤੁਹਾਡਾ ਲਾਉਣਾ ਮੈਨੂੰ ਲੱਗਦਾ ਮੈਨੂੰ ਕਮਰੇ ਦੀ ਲੋੜ ਹੀ ਨਹੀਂ ਪੈਣੀ ਨਾ ਕਰੇ ਨਾ ਦੇਖੀ ਮੈਨੂੰ ਕਿਤੇ ਗਰਮੀ ਲੱਗ ਰਹੀ ਗਰਮੀ ਤਾਂ ਲੱਗਦੀ ਹੈ ਜੀ ਤੁਹਾਡੇ ਤਾਂ ਅੰਦਰ ਸਾਰਾ ਹੀ ਗਰਮ ਕਰਨ ਵਾਲਾ ਕੰਮ ਆ ਦੂਜੀ ਚ ਮੈਂ ਕਿੱਦਾਂ ਦਊਂਗਾ ਮੇਰੇ ਕੋਲ ਰੁਪਇਆ 5,000 ਆ ਉਹਦੇ ਹਿਸਾਬ ਨਾਲ ਮੈਨੂੰ ਕਮਰੇ 'ਚ ਇੱਕ ਵਾਰੀ ਸਿਰਫ ਵਾੜ ਕੇ ਕੱਢ ਲਓ ਐਕਚੁਅਲੀ ਨਾ ਭਾਈ ਜਾਨ ਹਾਂ ਇਨਸੇ ਬਾਤ ਕਰੀ ਮੇਰੇ ਸੈਕਟਰੀ ਹੈ ਇਹਦੇ ਨਾਲ ਗੱਲ ਕਰਨੀ ਹੈ ਜੀ ਮੈਂ ਇਹਨਾਂ ਨਾਲ ਕਰ ਲੈਣਾ ਇਹਨਾਂ ਨਾਲ ਤਾਂ ਮੈਂ ਗੱਲ ਹਲੇ ਆਉਂਦੇ 10 ਸਾਲ ਵੀ ਨਹੀਂ ਕਰਨੀ ਇਹਦੇ ਉਹ ਭਾਈ ਨਾਲ ਬਾਤ ਸੁਣੇ ਨਾ ਕਿ 40,000 ਰੁਪਏ ਜ਼ਿਆਦਾ ਵਾ ਮੇਰੇ ਕੋਲ ਸਿਰਫ 5,000 ਰੁਪਇਆ ਵਾ 5,000 ਦੇ ਵਿੱਚ ਕਿੰਨਾ ਕਮਰਾ ਮਿਲ ਸਕਦਾ ਮੈਨੂੰ ਇੰਨਾ ਆਪਕੋ ਇਤਨਾ ਸਾ ਵੀ ਨਹੀਂ ਮਿਲੇਗਾ ਇੰਨਾ ਜੀ ਬਿਲਕੁਲ ਇੰਨਾ ਕਿ ਨਹੀਂ ਮਿਲੇਗਾ ਇਤਨਾ ਸਾ ਹੋਰ ਛੋਟਾ ਕਰ ਲਓ ਲੇਕਿਨ 5,000 ਦਾ ਦਿਓ ਮੈਨੂੰ ਸਰ ਪੂਰਾ ਕਮਰਾ ਤੁਹਾਨੂੰ 10 ਰੁਪਏ ਦੇ ਦੇਣਾ 10 ਰੁਪਏ ਹਾਂਜੀ ਲੇਕਿਨ ਆ 40,000 ਦੇ ਕਮਰੇ ਦੇ ਵਿੱਚ ਤੁਹਾਡੀ ਕੋਈ ਫੈਸਿਲਿਟੀਆਂ ਕੀ ਨੇ ਜੀ ਸਰ ਸਾਡੇ ਕੋਲ ਕਮਰਾ ਕੱਲਾ ਹੀ ਸਾਡੇ ਕੋਲ ਕਮਰਾ ਵਾ ਇੱਧਰ ਵੀ ਕਮਰਾ ਲੈ ਲਓ ਇੱਧਰ ਵੀ ਲੈ ਲਓ ਇੱਧਰ ਗਰਮ ਹੋ ਲਿਆ ਕਰੋ ਇੱਧਰ ਸਿਰ ਨੂੰ ਸੌਂ ਜਿਆ ਕਰੋ ਆ ਕੇ ਮੈਂ ਕਮਰਾ ਇੱਧਰ ਲੈ ਲੈਣਾ ਆ ਫੈਸਿਲਿਟੀਆਂ ਇੱਧਰ ਪਹੁੰਚ ਸਕਦੀ ਹਾਂ ਆਹੋ ਐਸੇ ਨਹੀਂ ਹੋ ਸਕਦਾ ਨਾ ਯਹੀ ਆਪਕੋ ਕਮਰਾ ਮਿਲੇਗਾ ਆਪਕੋ ਇਤਨਾ ਮਜ਼ਾ ਆਏਗਾ ਨਾ ਯਹਾਂ ਪੇ ਸਰ ਤੁਹਾਡੇ 5,000 ਰੁਪਇਆ ਵਾ ਮੈਂ ਪੈ ਜਾਣਾ ਵਾ ਮੇਰੇ ਉੱਤੇ ਕਮਰਾ ਚੜਾਉਣਾ ਤੁਸੀਂ ਉਹਦੇ ਲਈ ਜਾਏ ਆ ਨਾ ਚਾ ਦਿਓ 5,000 ਰੁਪਇਆ ਨਹੀਂ ਨਾ ਨਹੀਂ ਮੈਂ ਫਿਰਿਆ ਨਾ ਲਿਖਾ ਹੀ ਨਹੀਂ ਸਕਦਾ ਮੈਂ 5,000 ਰੁਪਇਆ ਮੇਰੀ ਜੇਬ ਦੇ ਵਿੱਚ ਖੁੱਲਵਾ
ਲੇਕਿਨ ਅਸੀਂ ਇੱਕ ਮਹੀਨੇ ਤੋਂ ਘੱਟ ਕਮਰਾ ਨੀ ਦੇਖਦਾ, 300 ਰੁਪਿਆ ਲੱਗਣਾ ਜੇ ਮਹੀਨੇ ਦਾ। ਨਹੀਂ ਮੈਂ ਇੱਥੇ ਚਿਲਾ ਕਰਨਾ ਆ ਵੀ ਪੂਰਾ ਮਹੀਨਾ ਇੱਥੇ ਤੁਹਾਡੇ ਕਮਰੇ ਚ ਬੜਿਆ ਰਹਿਣਾ। ਇੱਕ ਮਹੀਨੇ ਤੋਂ ਪਹਿਲੇ ਤੁਸੀਂ ਕਮਰਾ ਛੱਡੋਗੇ ਤੇ ਜੁਰਮਾਨਾ 5 ਲੱਖ ਦਿਓਗੇ। ਭਾਈਆ ਅਸੀਂ ਨੀ ਛੱਡਣਾ, ਤੁਸੀਂ ਛਡਾਉਣਾ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਛਡਾ ਦੇਣਾ। ਮੈਨੂੰ ਕਹਿਣਾ ਤੁਸੀਂ ਮੈਂ ਕਮਰਾ ਪੇ, ਮੈਂ ਵਿਹਲਾ ਕਰ ਦਾਂਗਾ ਕਮਰਾ, ਮੈਂ ਕੀ ਕਰਨਾ ਕਮਰਾ। ਬਸ ਵੀ 5 ਲੱਖ ਛਡਾਵਾਂਗੇ ਜੇ ਅਸੀਂ ਛਡਾਵਾਂਗੇ ਤੇ ਅਸੀਂ 5 ਲੱਖ ਰੁਪਇਆ ਦੇਵਾਂਗੇ। 5 ਲੱਖ ਦਾ ਰੁਪਇਆ ਕਿਤੇ ਹੁੰਦਾ ਹੈ? ਕਿੰਨੇ ਪੈਸੇ ਵਧਾ ਤੇ? ਹਾਂਜੀ ਨਹੀਂ ਨਹੀਂ ਲੇਕਿਨ 10 ਰੁਪਏ ਪਰ ਡੇ ਦੇ ਹਿਸਾਬ ਨਾਲ। ਪਰ ਡੇ ਮੈਨੂੰ ਤਾਂ ਪਸੰਦ ਆਇਆ ਤੁਹਾਡਾ ਕਮਰਾ, ਮੈਨੂੰ ਬਹੁਤ ਪਸੰਦ ਆਇਆ ਕਿਉਂਕਿ ਮੇਰੇ ਕੋਲ ਤਾਂ ਹੈ 5000 ਰੁਪਇਆ। ਉਹਦੇ ਵਿੱਚ ਮੈਂ ਆਪਣੀ, ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਕਮਰਾ ਦਿਓ ਤੇ ਆਪਣਾ ਨਾਮ ਕੀ ਆ ਜੀ? ਹਕੀਮ ਸ਼ਹਜ਼ਾਦ ਲੋਹਾਪਾੜ। ਦੇਖੋ ਨਾ ਹੈ ਮੇਰਾ, ਸਾਰੇ ਫੈਮਲੀਆਂ ਵੀ ਬਚ ਗਈਆਂ, ਫੇਰ ਕਿਉਂ ਮੈਨੂੰ ਹਕੀਮ ਸ਼ਹਜ਼ਾਦ? ਆ ਬੰਦਾ ਕੌਣ ਆ? ਕੁੱਤੇ ਲੱਭਣ ਵਾਲੀ ਦੂਰ ਵੀ ਲੋਹਾਪਾੜ ਜੀ। ਕਮਰਾ ਮੈਨੂੰ ਪਸੰਦ ਹੈ ਜੀ, ਇੱਕ ਮਹੀਨਾ ਕੋਈ ਗੱਲ ਨਹੀਂ, ਮੈਂ ਤੁਹਾਡੇ ਕੋਲ ਹੀ ਰਵਾਂਗਾ। 617 ਨੰਬਰ ਕਮਰਾ 'ਚ ਲੈ ਕੇ ਜਾਓ ਭਾਈ। 6 ਕਮਰੇ ਆ, ਮੈਂ ਸਾਰਾ ਸ਼ਹਿਰ ਘੁਮਾ ਕੇ ਖਿਚਵਾੜੂ। ਤੁਹਾਡਾ ਬੜਾ ਖੱਬੀ ਦਾੜ ਅਰਗਾ ਨੂੰ ਤੈਨੂੰ ਪਤਾ ਇਸ ਗੱਲ ਜੀ? ਕਮਰਾ ਮੈਨੂੰ ਪਸੰਦ ਆ ਤੁਹਾਡਾ। ਹਾਂਜੀ ਆਓ ਜੀ, ਲੈ ਜਾ ਲੈ ਜਾ ਲੈ ਜਾ। ਐਡਵਾਂਸ ਤੁਸੀਂ ਕੋਈ ਪੈਸੇ ਦਿਓ ਨਾ। 10 ਰੁਪਏ ਦਾ ਕੀ ਐਡਵਾਂਸ ਦਵਾਂ ਮੈਂ ਤੈਨੂੰ? 3 ਰੁਪਏ ਦਵਾਂ ਕੀ ਦਵਾਂ ਐਡਵਾਂਸ? ਨਹੀਂ ਭਾਈ ਤੂੰ ਸਾਰੇ ਇਕੱਠੇ ਦੇਣੇ ਐਡਵਾਂਸ, ਅਸੀਂ ਲੈਂਦੇ ਹੀ ਨਹੀਂ। ਇੰਨੀ ਮਹਿੰਗਾਈ ਦੇ ਦੌਰ 'ਚ ਯਾਰ ਤੁਸੀਂ 10 ਰੁਪਏ ਦਾ ਕਮਰਾ ਦੇ ਰਹੇ ਹੋ ਯਾਰ, ਵੈਰੀ ਗੁੱਡ ਯਾਰ। ਇਹ ਤੁਹਾਨੂੰ 700 ਰੁਪਇਆ ਤੁਹਾਡੇ ਕਮਰੇ 'ਚ ਮਿਲ ਜਾਂਦਾ। ਅੱਛਾ 50 ਸਰਦਾਰ ਹੋਇਆ ਪਾੜ 1 ਮੰਥ ਦੇ ਦੀ। ਓਕੇ ਓਕੇ ਜਨਾਬ, ਥੈਂਕ ਯੂ, ਸ਼ੁਕਰੀਆ ਜੀ ਜਨਾਬ। ਹੈ ਬਿਲਕੁਲ ਓਕੇ ਹੋ ਗਿਆ ਜੀ, ਸ਼ੁਕਰੀਆ। ਕੁੜੀ ਚੱਲਦਾ ਲਾ ਲਾ ਜ਼ਰੂਰ ਨਾ।
ਭਾਜੀ ਨਾਰਮਲ ਜਿਹਾ ਨਿਓਲਾ ਲੈ ਲਓ ਕਿ 100 ਰੁਪਏ ਵਾਲਾ, 2-3 ਸੌ ਵਾਲਾ ਨਿਓਲਾ ਲਓ, 5000 ਵਾਲਾ ਨਿਓਲਾ, ਆਪਾਂ ਉਹਦੇ ਕੋਲ ਸੱਪ ਫੜਵਾ ਕੇ ਭੇਜ ਦੇਣਾ, ਕਿਹੜਾ ਇੱਥੇ ਰੱਖਣਾ? ਘੱਟ ਤੋਂ ਘੱਟ ਹੀ ਹੈ ਤੇਰੀ ਭਾਈ, 5000 ਤੋਂ ਘੱਟ ਨਹੀਂ, ਮੈਂ 5000 ਦੇ ਦਿੰਦਾ ਲੈ ਫਿਰ ਸੱਪ ਦੇ ਨਾਲ, ਨਹੀਂ ਮੇਰੀ ਇੱਕ ਗੱਲ ਸੱਪ ਸੁਣੋ, ਮੇਰਾ 5 ਤੁਸੀਂ ਇੱਥੇ ਲਵਾ ਦੇਣਾ, ਹਾਂ ਚਲੋ ਫੜੋ ਨਿਓਲਾ ਕੱਢੋ, ਫੜੋ ਚੱਲ ਓਏ ਨਿਓਲਾ ਲੈ ਕੇ ਜਾ, ਨਿਓਲਾ ਲੈ ਕੇ ਆ ਯਾਰ, ਕੱਢ ਸੱਪ ਕੱਢ ਤੂੰ, ਤੁਹਾਡੀ ਭੈਣ ਹੁਣ ਕੀ ਹੋਇਆ? ਨਿਓਲਾ ਕੱਢੋ, ਤੁਹਾਡੀ ਭੈਣ ਨੂੰ ਨਿਓਲਾ ਕੱਢੋ, ਹੈਂ ਉਹ ਨਿਓਲਾ ਕੱਢੋ ਕਮਰੇ ਚੋਂ, ਨਿਓਲਾ ਅਸੀਂ ਕਿਦਾਂ ਤੂੰ ਕੱਢਣਾ ਵਾ, ਉਹ ਮੈਂ ਕਿਦਾਂ ਕੱਢਣਾ ਨਿਓਲਾ, ਮੈਂ ਤਾਂ ਸੱਪ ਨਹੀਂ ਕੱਢਿਆ, ਨਿਓਲਾ ਕੱਢੋ, ਨਹੀਂ ਭਾਈ ਅਸੀਂ ਕੱਢਣਾ ਲਿਆ, ਇਹ ਅਸੀਂ ਜਿਵੇਂ ਕਮਰਾ ਦਿੱਤਾ ਭਾਈ, ਸਾਡੇ ਕੋਲ ਕੋਈ ਚੀਜ਼ ਕਢਾਉਣੀ ਹੈ ਤਾਂ ਪੈਸੇ ਲੱਗਣੇ, ਆਹ ਲਿਆ 5000 ਰੁਪਇਆ ਬਿੱਲੀ ਲਵਾਉਂਦੇ ਆਪੀ ਨਿਓਲਾ ਕੱਢ ਦੇਵੀ, ਉਹ ਬਿੱਲੀ ਦਿਓ ਤੁਸੀਂ ਇਹਨੂੰ 200-300 ਦਿਓ, ਇਹਨੂੰ ਨਿਓਲਾ ਫੜ ਲੈਣਾ, ਹੁਣ ਕੀ ਹੋ ਗਿਆ? ਯੇ ਸੋਨ ਹੋ ਗਿਆ, ਉਹਨੂੰ ਉੱਥੋਂ ਚੱਕ ਲਓ, ਮੇਰੇ ਕੋ ਫੇਰ ਰਗੜਾ ਲੱਗ ਗਿਆ, ਇੰਦਾ ਕਿ ਜੀ ਆ ਮਰੀਜ਼ ਨੂੰ ਲਈ ਫਿਰਦਾ, ਇਹਨੂੰ 10 ਮਿੰਟ ਬਾਅਦ ਸਦਮਾ, ਹੁਣ ਕੀ ਹੋਇਆ? ਬਿੱਲੀ ਬਿੱਲੀ ਕਿੱਥੇ? ਬਿੱਲੀ ਰਹਿਣ ਦਿਓ, ਉਹ ਬੇਵਕੂਫ ਆਦਮੀ ਬਿੱਲੀ ਫੜਾ ਕਮਰੇ ਚੋਂ, ਉਹ ਬਿੱਲੀ ਆ ਤਾਂ ਨੌਂਦਰਾ ਮਾਰਦੀ ਹੈ, ਉਹਨੂੰ ਫੜਾ ਬਿੱਲੀ ਨੂੰ, ਤੁਸੀਂ ਨਾ ਮੇਰੇ ਕੋਲ 10,000 ਲਾ ਲਓ, ਜਿਹੜਾ ਕੁੱਤੇ ਨੂੰ ਕੱਢਣ ਵਾਸਤੇ ਜਾਨਵਰ ਬੁਲਾਉਣਾ ਉਹਦੇ ਵੀ ਲਾ ਲਓ, ਟੋਟਲ ਮੇਰਾ ਕਮਰਾ ਮੈਨੂੰ ਵਿਹਲਾ ਕਰ ਦਿਓ, ਕੁੱਤਾ ਮੰਗਾਓ, ਚੱਲ ਕੁੱਤਾ ਛੱਡ ਗਿਆ।